ਮੈਨੂੰ ਹੁਣੇ ਪਤਾ ਲੱਗਿਆ ਕਿ ਤੁਸੀਂ ਸਾਈਕਲ ਤੇ ਇੰਡੀਆ ਤੋਂ ਚੱਲੇ ਆ। ਹਾਂਜੀ, ਇੰਡੀਆ ਦੀ ਕਿਹੜੀ ਸਿਟੀ ਤੋਂ ਚੱਲੇ? ਮੈਂ ਨਾਗਪੁਰ ਤੋਂ ਨਿਕਲਾ ਤਾਂ 2016 ਮੈਂ। ਤੋ ਕੌਣ ਕੌਣ ਸੀ ਕੰਟਰੀ ਮੈਂ ਗਿਆ? ਮੈਂ ਇੰਡੀਆ ਸੇ ਨਿਕਲਾ 2016 ਕੋ, ਫਿਰ ਇੰਡੀਆ, ਮਿਆਂਮਾਰ, ਲਾਓਸ, ਵਿਯਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਬਾਲੀ, ਤਾਇਵਾਨ, ਚਾਈਨਾ, ਜਪਾਨ, ਕੋਰੀਆ ਔਰ ਅਭੀ। ਤੋ ਕਿਤਨੀ ਕੰਟਰੀਜ ਹੋ ਗਈ ਅਮੇਰਿਕਾ ਕਿਸਮੇ? ਅਭੀ 15 ਕੰਟਰੀਜ ਹੋ ਚੁੱਕੀ ਹੈ ਔਰ ਅਭੀ ਔਰ ਬਾਕੀ ਹੈ, 70 ਸੇ ਜ਼ਿਆਦਾ ਕੰਟਰੀਜ ਔਰ ਬਾਕੀ ਹੈ। 2016 ਸੇ ਜਬ ਸੇ ਆਪ ਘਰ ਸੇ ਚਲੇ, ਤਬ ਉਸਕੇ ਬਾਅਦ ਘਰ ਵਾਲੋਂ ਸੇ ਸਿਰਫ ਫੋਨ ਪਰ ਬਾਤ ਹੋਈ ਜਾਂ ਕਭੀ ਬੈਕ ਗਏ ਮਿਲੇ ਜਾਂ ਉਨਸੇ? ਨਹੀਂ, ਉਨਸੇ ਫੋਨ ਪੇ ਬਾਤ ਹੋਤੀ ਹੈ ਕਭੀ ਕਭੀ। ਔਰ 16 ਕੇ ਕੌਨ ਸੇ ਮੰਥ ਮੇਂ ਆਪ ਵਹਾਂ ਸੇ ਚਲੇ? ਮੈਂ 2000 ਮਤਲਬ ਅਕਤੂਬਰ ਅਕਤੂਬਰ ਤੋਂ। ਹਾਂਜੀ, ਤੋ 2 ਸਾਲ ਹੋਣੇ ਵਾਲੇ ਹੈ। ਹਾਂ, 2 ਸਾਲ। ਤੋ 15 ਕੰਟਰੀਜ਼ ਹੋ ਗਈ। ਹਾਂਜੀ, ਤੋ ਆਪਨੇ ਬਤਾਇਆ ਥਾ ਕਿ ਜਹਾਂ ਆਪਕਾ ਸਾਈਕਲ ਆਪ ਬਾਈ ਰੋਡ ਨਹੀਂ ਜਾ ਸਕਤੇ ਤੋ ਆਪ ਸ਼ਿਪ ਮੇਂ ਜਾਤੇ ਹੈ ਨਾ? ਜੀ ਜੀ ਜੀ। ਠੀਕ ਆ, ਤੋ ਵੀਜ਼ਾ ਕੈਸੇ ਹੈ ਕਿ ਵੀਜ਼ਾ ਮਿਲਤਾ ਹੈ? ਮਤਲਬ ਐਸਾ ਹੋਤਾ ਹੈ ਕਿ ਇੰਡੀਅਨ ਸਿਟੀਜ਼ਨ ਕੋ ਵੀਜ਼ਾ ਮਤਲਬ ਪਾਸਪੋਰਟ ਹਮਾਰਾ ਥੋੜਾ ਕਮਜ਼ੋਰ ਹੈ, ਜਿਸ ਕਾਰਨ ਸੇ ਬੜੀ ਦਿੱਕਤ ਹੋਤੀ ਹੈ। ਲੇਕਿਨ ਵੀਜ਼ਾ ਕੇ ਲਿਏ ਬਹੁਤ ਸਟਰਗਲ ਮੈਨੇ ਦੇਖਾ ਹੈ, ਬਹੁਤ ਸਾਰਾ। ਆਪਕਾ ਫਾਈਨੈਂਸ਼ੀਅਲ ਰਿਕਾਰਡ ਚੈੱਕ ਕੀਆ ਜਾਤਾ ਹੈ ਕਿ ਆਪਕੇ ਅਕਾਊਂਟ ਮੇਂ ਬੈਲੈਂਸ ਹੈ ਕਿ ਨਹੀਂ, ਆਪਕੇ ਯਹਾਂ ਆਪਕੇ ਵੋ ਲੋਗ ਪੋਸਟ ਕਰਨੇ ਕੇ ਲਿਏ ਹੋਤੇ ਹੈ ਕਿ ਨਹੀਂ, ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾਤੇ ਹੈ, ਇਸਕੇ ਜਵਾਬ ਦੇਣੇ ਪੜਤੇ ਹੈ ਔਰ ਕਭੀ ਅੰਬੈਸੀ ਮੇਂ ਜਾਣਾ ਪੜਤਾ ਹੈ। ਹਾਂ, ਅੰਬੈਸੀ ਮੇਂ ਬਹੁਤ ਸਾਰੇ ਰਿਫਿਊਜ਼ ਵੀ ਹੋ ਗਿਆ, ਅਮੇਰਿਕਾ 4 ਬਾਰ ਅਮੇਰਿਕਾ ਨੇ ਵੀਜ਼ਾ ਰਿਫਿਊਜ਼ ਕੀਆ। ਤੋ ਅਭੀ ਕਿਤਨੀ ਦੇਰ ਕਾ ਹੈ ਆਪ ਅਮੇਰਿਕਾ ਕਾ ਵੀਜ਼ਾ? ਅਭੀ ਤੋ ਮੈਂ 10 ਸਾਲ ਕਾ ਵੀਜ਼ਾ ਦਿਆ। 10 ਸਾਲ ਕਾ ਦੇ ਦਿਆ, ਅਭੀ ਤੋ ਵੋ ਦਿਆਲ ਹੋਗਾ ਤੁਮੇ। ਓਕੇ, ਯੇ ਅਮੇਰਿਕਾ, ਇਸਸੇ ਪਹਿਲੇ ਕਹਾਂ ਆਪ ਜਬ ਬਾਈ ਏਅਰ ਆਏ ਅਮੇਰਿਕਾ, ਕੌਨ ਸੀ ਸਿਟੀ ਮੇਂ ਲੈਂਡ ਹੋਏ? ਮੈਂ ਸੈਨਫ੍ਰਾਂਸਿਸਕੋ। ਸੈਨਫ੍ਰਾਂਸਿਸਕੋ ਸੇ ਯਹਾਂ ਤੱਕ ਮੇਰੇ ਖਿਆਲ ਮੇਂ ਮੋਰ ਦੈਨ 1000 ਮਾਈਲਸ ਰਾਈਟ, 2000 ਕਿਲੋਮੀਟਰ ਹੋਗਾ। ਤੋ ਮੋਸਟਲੀ ਜਬ ਹਮ ਫ੍ਰੀ ਵੇ ਪਰ ਜਾਤੇ ਹੈ ਤੋ ਹਮ ਆਈ ਮੀਨ 60-70 ਮਾਈਲਸ ਪਰ ਆਵਰ ਪਰ ਜਾਤੇ ਹੈ। ਤੋ ਵਹੀਂ ਸਾਈਕਲ ਅਲਾਊਡ ਨਹੀਂ ਹੋਤਾ, ਤੋ ਆਪ ਕੈਸੇ ਆਤੇ ਹੈ ਸੈਨ ਫ੍ਰਾਂਸਿਸਕੋ ਸੇ ਯਹਾਂ ਤੱਕ? ਆਪ ਕੈਸੇ ਯਹਾਂ ਛੋਟੇ ਛੋਟੇ ਰਾਸਤੇ ਪਕੜ ਕੇ ਆਇਆ, ਕਭੀ 101 ਕਭੀ 1 ਕੋਸਟਲ ਏਰੀਆ ਕਾ, ਫ੍ਰੀਵੇ ਕੇ ਇਲਾਵਾ? ਫ੍ਰੀਵੇ, ਕਿਉਂਕਿ ਮੈਂ 2 ਬਾਰ ਮੁਝੇ ਪੁਲਿਸ ਨੇ ਪਕੜਾ, ਵੋ ਫ੍ਰੀਵੇ ਪੇ ਚਲਾ ਨਹੀਂ ਸਕਤੇ ਬਹੁਤ ਵਹਾਂ। ਤੋ ਕੋਈ ਆਪਕੋ ਫਾਈਨ ਤੋ ਨਹੀਂ ਕੀਆ? ਤੇ ਉਹਨਾਂ ਨੇ ਫਾਈਨ ਵਗੈਰਾ ਨਹੀਂ ਕੀਆ। ਤੋ ਆਪਨੇ ਬਤਾਇਆ ਹੋਗਾ ਪਰਪਸ ਮੈਂ ਇੰਡੀਆ ਸੇ ਚਲਾਉਂਗਾ, ਮੈਂ ਸਪੈਸ਼ਲ ਹੂੰ, ਮੈਂ ਲੋਗੋ ਜੈਸਾ ਨਹੀਂ ਹੂੰ ਰਾਈਟ? ਵੋ ਮੈਂ ਮੇਰਾ ਬੋਰਡ ਦੇਖਤੇ ਹੈ, ਟੈਗ ਵਗੈਰਾ ਦੇਖਤੇ ਹੈ, ਤੋ ਵੋ ਬੋਲਤੇ ਹੈ ਯਾਰ ਯੂ ਆਰ ਡੂਇੰਗ। ਤੋ ਆਪਕੇ ਪਾਸ ਕੋਈ GPS ਹੈ, ਆਪਨੇ ਜਹਾਂ ਜਾਣਾ ਹੋਤਾ ਹੈ ਆਪਕਾ ਕੋਈ GPS ਹੈਲਪ ਕਰਤਾ ਹੈ? ਕੈਸੇ ਆਪ ਢੂੰਢਤੇ ਹੈ ਕਿ ਹਮਨੇ ਕਹਾਂ ਜਾਣਾ ਹੈ? ਅਭੀ ਤੋ ਮੋਬਾਈਲ ਮੇਂ ਐਕਚੁਅਲੀ ਯੇ ਹੋ ਗਿਆ ਹੈ ਕਿ ਆਪ ਮੋਬਾਈਲ ਮੇਂ ਇੰਟਰਨੈਟ ਹੋ ਯਾ ਨਾ ਹੋ, ਆਪਕੇ ਪਾਸ ਹਰ ਮੋਬਾਈਲ ਮੇਂ GPS ਹੈ। ਤੋ ਆਪ ਤੋ ਆਪ ਚਾਰਜਰ ਚਾਰਜਰ ਆਪਕਾ ਕਹਾਂ ਹੈ, ਆਪ ਕਹਾਂ ਕੈਸੇ ਚਾਰਜ ਕਰਦੇ? ਯੇ ਮੇਰਾ ਯਹਾਂ ਚਾਰਜ ਹੈ, USB ਕਾ ਕਨੈਕਟਰ ਹੈ, ਯੇ ਚੱਕਾ ਘੁੰਮਤਾ ਹੈ ਮੋਬਾਈਲ ਕਾ, ਚੱਕੇ ਕੇ ਸਾਥ ਆਪ ਚਾਰਜ ਕਰਤੇ ਹੈ? ਹਾਂ ਜੀ। ਤੋ ਯੇ ਜੋ ਨਿਕਾ ਸਾ ਛੋਟਾ ਸਾ ਮੀਟਰ ਲਗਾ ਹੈ, ਇਸਮੇਂ ਕਿਆ ਹੈ ਮਾਈਲੇਜ ਹੈ? ਇਸਮੇਂ ਸਪੀਡ ਹੈ ਸਾਈਕਲ ਕੀ, ਔਰ ਸਪੀਡ ਹੈ ਸਾਈਕਲ ਕੀ, ਔਰ ਮਾਈਲੇਜ ਵੀ ਹੈ। ਹਾਂ ਹਾਂ, ਕਿਤਨਾ ਸਪੀਡ ਦੇਤਾ ਹੈ ਆਪਕੋ ਕੁਛ ਆਈਡੀਆ ਹੈ? ਇੰਡੀਆ ਸੇ 2016 ਅਕਤੂਬਰ ਸੇ ਜਬ ਆਪ ਚਲੇ ਤੋ ਅਭੀ ਤੱਕ ਆਪਕਾ ਟੋਟਲ ਕਿਤਨਾ ਮਾਈਲੇਜ? ਔਰ ਯੇ ਤਕਰੀਬਨ 28,836 ਹੋ ਗਿਆ। 28,836 ਕਿਲੋ ਮਾਈਲਸ ਔਰ ਕਿਲੋਮੀਟਰ? ਕਿਲੋਮੀਟਰ ਚਲਾ ਦੀ ਆਪਨੇ ਆਪਣੇ। ਤੋ ਆਪਕਾ ਫਾਈਨੈਂਸ਼ੀਅਲੀ ਕੈਸੇ ਚਲਤਾ ਹੈ, ਆਪ ਵਹਾਂ ਸੇ ਚਲੇ ਯਹਾਂ ਤੱਕ, ਕਿਤਨੀ ਕੰਟਰੀਜ਼ ਔਰ ਕਿਤਨਾ? ਤੋ ਅੰਬੈਸੀ ਮੇਂ ਵੀਜ਼ੇ ਕੇ ਵੀ ਪੈਸੇ ਲਗਤੇ ਹੈ, ਰਹਿਣੇ ਕਾ ਵੀ ਹੋਤਾ ਹੈ, ਜੈਸੇ ਜੇ ਗੁਰਦੁਆਰਾ ਸਾਹਿਬ ਹੈ ਤੋ ਰਹਿਣੇ ਕਾ ਮੋਸਟਲੀ ਕਿਆ ਆਪ? ਐਕਚੁਅਲੀ ਮੇਰਾ ਮੇਰੇ ਸਾਈਕਲ ਯਾਤਰਾ ਕੋ ਕੋਈ ਸਪੌਂਸਰ ਨਹੀਂ ਹੈ, ਤੋ ਮੈਨੇ ਟਰਾਈ ਕਰ ਰੱਖੀ ਹੈ ਬਹੁਤ ਸਾਰੇ ਆਰਗੇਨਾਈਜੇਸ਼ਨ ਕੋ ਵੀ ਕਿਸੀ ਨੇ ਮਦਦ ਨਹੀਂ ਕੀਆ। ਆਖਿਰਕਾਰ ਕੁਛ ਪੈਸਾ ਥਾ ਮੇਰੇ ਪਾਸ, ਵੋ ਆਖਿਰਕਾਰ ਚਲਤੇ ਚਲਤੇ 3-6 ਮਹੀਨੇ ਕੇ ਬਾਅਦ ਖਤਮ ਹੋ ਗਿਆ, ਉਸਕੇ ਬਾਅਦ ਗੈਸਟ ਹਾਊਸ ਮੇਂ ਕਾਮ ਕੀਆ ਕੋਰੀਆ ਮੇਂ 1 ਮਹੀਨਾ, ਔਰ 1 ਮਹੀਨਾ ਕਾਮ ਕਰਨੇ ਕੇ ਬਾਅਦ ਤਕਰੀਬਨ ਕੁਛ ਪੈਸਾ ਹੁਆ ਔਰ ਵੋ ਵੀ ਕਿਸ ਨਿਕਾਲ ਕੇ ਮੇਰੇ ਪਾਸ। ਤੋ ਮੇਰੇ ਆਪਕੇ ਮਨ ਮੇਂ ਯੇ ਕੈਸਾ ਆ ਗਿਆ ਕਿ ਮੈਨੇ ਵਰਲਡ ਟੂਰ ਕਰਨਾ ਹੈ ਸਾਈਕਲ ਮੇਂ?
इससे पहले मैं असल में इंडिया में मैं एक सोशल वर्कर हूँ, मेरा होटल में मेरी डिग्री हो चुकी है, मैं होटल मैनेजमेंट किया हॉस्पिटैलिटी में, होटल मैनेजमेंट में डिग्री किया आपने? हाँ। ओह वाह। तो हॉस्पिटैलिटी में मैं जॉब भी करता था, मैं वो करने के बाद मुझे मन नहीं लगा क्योंकि मुझे लगा कि मुझे लोगों के लिए काम करना चाहिए, तो मैंने बच्चों के लिए जो सिटीज है वहाँ जो जो भटक के बच्चे हैं जिनके माँ बाप नहीं होते उनके लिए मैंने शिक्षा का ये शुरुआत उनको पढ़ाना, उनको हेल्थ का ये करना, तो ये हमारी ये बात काफी लंबी हो जाएगी क्योंकि रिकॉर्डिंग चल रही है। तो अभी आपने कितने पेरेंट्स का रहना है, तो बैक जो आपने 2016 में अपने पेरेंट्स को छोड़ा था, दो साल होने वाले हैं अभी कुछ दिनों में, तो कब सोचा है आपने बैक होना? मैं 2020 या 21 में पाकिस्तान में मेरी यात्रा खत्म हो गई इस्लामाबाद से। तो अभी कौन सी नेक्स्ट कंट्रीज है? मेरी क्यूबा और पूरी लैटिन अमेरिकन कंट्रीज, उसके बाद यूरोप, अफ्रीका और फिर इजिप्ट, इजराइल, ईरान, इराक, अफगानिस्तान और पाकिस्तान में 2020 किया अभी नहीं है। अजीब नहीं है, अगर किया होता तो कौन सी कंट्री आपको बेस्ट लगी जब आप इंडिया से चले, तो कौन सी कंट्री के लोगों ने आपको बेस्ट रिस्पॉन्स दिया और आपको अच्छा लगा? मुझे लगता है कि जितने भी मतलब ज्यादा डेवलप कंट्री है वहाँ थोड़ी दिक्कतें होती है, तो ये होता है, लेकिन जहाँ मतलब जहाँ गरीब देश है वो सबसे बहुत अच्छे हम लोग होते हैं। मुझे लगता है हर कंट्री में एक विशेषता है, कंट्री के लोग एक विशेष ठीक है, दिक्कत तो होती है ठीक है, लेकिन बहुत अच्छे लोग हैं। थैंक यू वेरी मच जी, बहुत बढ़िया। ये $100 मेरा आपको एंड बहुत सारी थैंक यू बेस्ट विशेज राइट। तो आई मीन क्वेश्चन कर सकते हैं आपका जो प्लान है ये तो मेरे ख्याल में $100,000 का होगा, बहुत कम होगा ना, बहुत आपका जैसे जैसे आप चलते जाएंगे तो कुछ ना कुछ आ जाएगा राइट। तो मेरी ये यात्रा मैं चला रहा हूँ साइकिल से, लेकिन इसमें जो सहयोग है वो आप जैसे लोगों का, जल्द भी मैं तो साइकिल की यात्रा कर रहा हूँ लेकिन ऊर्जा तो आप जैसे लोगों से आशीर्वाद। जैसे जब आप अच्छे काम के लिए निकलते हैं ना तो वो कहते हैं तो आप तो अकेले चलते हैं, साथ साथ काफला होता है, हम आपके साथ तो नहीं जा सकते लेकिन बहुत सारी बेस्ट विशेस आपके लिए। थैंक यू, गुड लक है ना। इस दे नाल ही इजाजत देओ, इस तरह दी होर वीडियोस देखने लिए इस चैनल नूं सबसक्राइब जरूर कर लो, अते नाल ही घंटी वाले बटन नूं दबाउणा ना भुलना, जिस नाल हर वीडियो दा नोटिफिकेशन तुहाडी मोबाइल स्क्रीन ते सब तों पहला मिल सके। तुहाडा दिन शुभ रहे, धन्नवाद। Thank you.